ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਹੋਪ ਕਰਦਾ ਸਾਰੇ ਜਣੇ ਠੀਕ ਹੋਵੋਗੇ। ਸੋ ਅੱਜ ਦੀ ਵੀਡੀਓ ਸਟਾਰਟ ਕਰ ਰਹੇ ਹਾਂ ਆਪਾਂ ਰਾਤ ਨੂੰ, ਕਿਉਂਕਿ ਅੱਜ ਦਾ ਜਿਹੜਾ ਕੰਮ ਸੀਗਾ ਉਹ ਹੈ ਹੀ ਰਾਤ ਦਾ ਸੀਗਾ, ਮਤਲਬ ਵੀਡੀਓ ਜੋ ਤੁਹਾਨੂੰ ਦਿਖਾਉਣਾ ਸੀਗਾ। ਪਹਿਲਾਂ ਤੁਸੀਂ ਨੋਟਿਸ ਕੀਤਾ ਹੋਣਾ ਕਿ ਮੈਂ ਲਾਈਟਾਂ ਦੇ ਉੱਪਰ ਨਾ ਆਈਜ਼ ਬਣਾਈ ਸੀ ਇਹਦੀ, ਅਤੇ ਉਹ ਉਤਾਰਤੀ ਹੈ ਕਿਉਂਕਿ ਬਾਈ ਜਿਹੜੀ ਆਪਾਂ ਐਚ ਆਈ ਡੀਜ਼ ਪਾਈ ਹੈ ਨਾ ਉਹਨਾਂ ਦੀ ਹੁਣ ਆਊਟਪੁੱਟ ਜੋ ਹੈ ਉਹ ਇਹ ਆ ਰਹੀ ਹੈ, ਦੇਖੋ। ਠੀਕ ਹੈ ਵਿਸ਼ਾਰੀ ਬਾਈ, ਬੰਦ ਕਰਿਓ, ਆਹ ਦੇਖੋ ਜੀ। ਠੀਕ ਹੈ ਹੁਣ ਚਲਾਇਓ, ਦੇਖੋ ਬਾਈ ਜੀ ਇਹ ਹਾਈ ਬੀ, ਇਹ ਲੋ ਬੀਮ ਹੈ, ਇਹ ਲੋ ਬੀਮ ਹੈ, ਹਾਈ ਬੀਮ ਕਰਿਓ ਜੀ, ਇਹ ਹਾਈ ਬੀਮ ਹੈ ਜੀ, ਦੇਖੋ। ਔਰ ਲਾਈਟ ਬਹੁਤ ਜ਼ਿਆਦਾ ਬ੍ਰਾਈਟ ਬਣੀ ਹੈ, ਠੀਕ ਹੈ। ਇਹਦੇ ਅੰਦਰ ਕੁਇਕ ਬਲਾਸਟਰ ਲੱਗੇ ਹੋਏ ਨੇ, ਅਤੇ ਪਲੱਸ ਆਪਣੇ ਜਿਹੜੇ 65 ਵਾਟ ਅਤੇ 6000 ਕੈਲਵਿਨ ਦੀ ਐਚ ਆਈ ਡੀਜ਼ ਲੱਗੀ ਹੋਈਆਂ। ਪਹਿਲਾਂ ਗੱਲ ਦੱਸਦਾ ਬਾਈ, ਜਿਨ੍ਹਾਂ ਨੇ ਟਰੈਕਟਰ ਦੇ ਅੰਦਰ ਐਚ ਆਈ ਡੀ ਪਾਣੀ ਹੈ ਬਾਈ, 45 ਵਾਟ ਜਮ੍ਹਾਂ ਨਾ ਪਾਇਓ, ਬੇਵਕੂਫ਼ ਵਾਲੇ ਕੰਮ ਹੋ ਜਾਣਾ, ਬੇਵਕੂਫ਼ੀ ਵਾਲਾ, 55 ਅਤੇ 65 ਵਾਟ ਪਾ ਸਕਦੇ ਹੋ, ਰਿਕਮੈਂਡਡ ਹੈ ਜੀ, ਠੀਕ ਹੈ ਜੀ। ਬਾਕੀ ਇੱਕ ਛੋਟਾ ਜਿਹਾ ਕੰਮ ਹੋਰ ਕਰਾਇਆ ਆਪਾਂ, ਅਤੇ ਆਪਾਂ ਕੀ ਰਿਹਾ ਤੁਹਾਨੂੰ ਦਿਖਾਉਣਾ, ਜਿਹੜੀਆਂ ਪਿੱਛੇ 4 ਲਾਈਟਾਂ ਲੱਗੀਆਂ ਸੀ ਉਹ ਲਵਾ ਕੇ ਸਿੰਗਲ ਬਾਰ ਲਾਈਟ ਕਰਤੀ ਹੈ ਜੀ। ਰੋਸ਼ਨੀ ਥੋੜ੍ਹੀ ਐਵਰੇਜ ਹੈ ਇਹਦੀ ਉਹਨਾਂ ਦੇ ਮੁਕਾਬਲੇ, ਪਰ ਇਹ ਹੈ ਵੀ ਚਲੋ ਸਿੰਗਲ ਹੈ ਅਤੇ ਸੋਹਣੀ ਲੱਗਦੀ ਹੈ ਲੱਗੀ ਹੋਈ, ਦੇਖੋ ਪੇਟੀ ਦੇ ਨਾਲ ਦੀ। ਇਹ 24 ਇੰਚੀ ਹੈ ਬਾਰ ਲਾਈਟ, ਜਿਹੜੀ 24 ਇੰਚੀ ਕਹਿੰਦੇ ਆ, ਵੈਸੇ ਹੈ ਵੀਵੂ ਦੇ ਆਸ ਪਾਸ ਹੀ ਹੈ, ਠੀਕ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਆਪਣਾ ਟਰੈਕਟਰ, ਜੇ ਮੈਂ ਤੁਹਾਨੂੰ ਫੁੱਲ ਲਾਈਟਾਂ ਇਹਦੀਆਂ ਜਲਾ ਕੇ ਦਿਖਾਵਾਂ, ਅਤੇ ਲਾਈਟਾਂ ਦੇ ਨਾਲ ਇਹ ਰਿਸਪੋਂਸ ਆਉਂਦਾ ਇਹਦਾ, ਤੁਹਾਨੂੰ ਦਿਖਾਉਂਦਾ। ਥੱਲੇ ਵਾਲੀ ਜਲ ਗਈ, ਅਤੇ ਇਹ ਆਪਣੀ ਪੁਲਿਸ ਲਾਈਟ, ਠੀਕ ਹੈ ਜੀ। ਹੁਣ ਚੈੱਕ ਕਰੋ, ਜੇ ਮਤਲਬ ਜਿਹੜੇ ਮੈਨੂੰ ਅੰਬਾਲੇ ਤੋਂ ਦੇਖਦੇ ਆ ਬਾਈ, ਐਵੇਂ ਟਰੈਕਟਰ ਕੋਈ ਆ ਰਿਹਾ ਹੋਵੇ ਤਾਂ ਸਮਝ ਜਾਓ ਕਿ ਇਹ ਸਾਹਿਬ ਚੀਮੇ ਦਾ ਟਰੈਕਟਰ ਹੈ, ਠੀਕ ਹੈ ਬਾਈ। ਇਹ ਲੁੱਕ ਆਉਂਦੀ ਆਪਣੇ ਟਰੈਕਟਰ ਦੀ ਨਿਕਲ ਗਈ ਜੀ, ਠੀਕ ਹੈ। ਪਿਛਲੇ ਵਾਲੀ ਲਾਈਟ ਤਾਂ ਚਲੋ ਬੰਦ ਰੱਖਣੀ ਆ, ਉਹ ਤਾਂ ਇੱਕ ਐਮਰਜੈਂਸੀ ਵਾਸਤੇ ਲਾਈ ਹੋਈ ਆ ਆਪਾਂ, ਕਿਉਂਕਿ ਆਪਣਾ ਤੁਹਾਨੂੰ ਪਤਾ ਸਾਰਿਆਂ ਨੂੰ ਸਬਜ਼ੀ ਦਾ ਕੰਮ ਆ, ਫਿਰ ਰਾਤ ਨੂੰ ਕਈ ਵਾਰ ਲੇਟ ਹੋ ਜਾਂਦੇ ਆ ਲੋਡਿੰਗ ਦੇ ਟਾਈਮ 'ਤੇ, ਅਨਲੋਡਿੰਗ ਦੇ ਟਾਈਮ 'ਤੇ, ਫਿਰ ਸਾਨੂੰ ਲਾਈਟ ਚਾਹੀਦੀ ਹੁੰਦੀ ਹੈ। ਸੋ ਸਭ ਤੋਂ ਵਧੀਆ ਜੇ ਐਚ ਆਈ ਡੀ 'ਚ ਮੈਂ ਤੁਹਾਨੂੰ ਗੱਲ ਕਰਾਂ, ਇੱਕ ਚੀਜ਼ ਲੱਗਦੀ ਹੈ, ਦੇਖੋ ਆਹ ਬੀਮ ਬਣ ਰਿਹਾ ਪੂਰਾ ਐਚ ਆਈ ਡੀ ਦਾ, ਠੀਕ ਹੈ ਵੀਰ। ਐੱਲ ਈ ਡੀ ਦੇ ਅੰਦਰ ਕਦੀ ਵੀ ਇਹ ਬੀਮ ਨਹੀਂ ਬਣੇਗਾ, ਕੋਈ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ। ਹਾਂ ਬ੍ਰਾਂਡ ਹੋਊਗਾ ਤਾਂ ਬਾਈ ਬੀਮ ਬਣ ਜੂਗਾ, ਅਗਰ ਬ੍ਰਾਂਡਡ ਨਹੀਂ ਹੈ ਤਾਂ ਬੀਮ ਨਹੀਂ ਬਣੂਗਾ। ਨਹੀਂ ਬਣਦਾ ਜੀ, ਬ੍ਰਾਂਡ ਦਾ ਵੀ ਬੀਮ ਨਹੀਂ ਬਣਦਾ ਬਾਈ, ਕਹਿੰਦੇ ਉਹ ਬਾਈ ਦਾ। ਇਹ ਸ਼ਹਿਰੀ ਬਾਈ ਆਪਣਾ, ਇਹਦਾ ਕੰਮ ਹੈ ਐਚ ਆਈ ਡੀਜ਼ ਦਾ, ਇਹ ਅੱਜ ਦਾ ਨਹੀਂ, ਜਦੋਂ ਐਚ ਆਈ ਡੀਜ਼ ਆਪਣੇ ਇੰਡੀਆ 'ਚ ਆਈ ਸੀ ਨਾ ਟ੍ਰੈਂਡ ਚੱਲਿਆ ਸੀ, ਉਸ ਟਾਈਮ ਤੋਂ ਯੂਜ਼ ਕਰਦੇ ਐਚ ਆਈ ਡੀਜ਼ ਨੂੰ, ਠੀਕ ਹੈ। ਅਤੇ ਮੈਂ ਵੀ ਐੱਲ ਈ ਡੀਜ਼ ਹੀ ਪਾਈ ਸੀ ਪਹਿਲਾਂ ਇਹਦੇ ਅੰਦਰ, ਫਿਰ ਬਾਈ ਨੇ ਕਿਹਾ ਵੀ ਐਚ ਆਈ ਡੀਜ਼ ਪਾਉਂਦੇ ਆ, ਅਤੇ ਤੁਹਾਨੂੰ ਪਤਾ ਇਹਦਾ ਰਿਸਪੋਂਸ ਪਤਾ ਲੱਗੇਗਾ। ਹੁਣ ਕਰਨ ਲੱਗਿਆ ਬੀਮ ਸੈੱਟ, ਕਿਉਂਕਿ ਆਹ ਦੇਖੋ ਨਾ ਤੁਸੀਂ, ਆਹ ਇੱਕ ਬੀਮ ਇੱਥੇ ਪੈ ਰਿਹਾ, ਇੱਕ ਥੋੜ੍ਹਾ ਜਿਹਾ ਪਰਾਂ ਪੈ ਰਿਹਾ, ਇਸ ਕਰਕੇ ਥੋੜ੍ਹਾ ਜਿਹਾ ਸੈੱਟ ਕਰਨ ਵਾਲਾ, ਕਿਉਂਕਿ ਇਹ ਰਾਤ ਕੱਲ੍ਹ ਮੈਂ ਹੀ ਕਮਲ ਘੋਟਿਆ ਸੀ ਥੋੜ੍ਹਾ ਜਿਹਾ ਸੈੱਟ ਕਰਨ ਦੇ ਚੱਕਰ 'ਚ। ਅਤੇ ਉਸ ਟਾਈਮ ਕੀ ਸੀਗਾ, ਜਦੋਂ ਲਾਸਟ ਵੀਡੀਓ 'ਚ ਮੈਂ ਦੱਸਿਆ ਸੀ, ਇੱਕ 65 ਵਾਟ ਦੀ ਸੀਗੀ ਐਚ ਆਈ ਡੀ, ਇੱਕ 35 ਵਾਟ ਦੀ ਸੀ, ਕਿਉਂਕਿ ਜਿਹੜੀ 65 ਵਾਟ ਵਾਲੀ ਸੀ ਉਹ ਫਿਊਜ਼ ਹੋ ਗਈ ਸੀਗੀ ਸਾਡੇ ਕੋਲੋਂ, ਠੀਕ ਹੈ। ਅਤੇ ਕੋਈ ਕਾਰਨ ਸੀ ਉਹਦਾ ਵੀ, ਅਤੇ ਇਸ ਕਰਕੇ ਅਸੀਂ ਅੱਜ ਟਿਊਬਾਂ ਬਦਲ ਕੇ ਲੈ ਕੇ ਆਏ ਹਾਂ। ਅਤੇ ਇਹ ਟਿਊਬ 65 ਵਾਟ ਦੀ ਟਿਊਬ ਬਾਈ ਇਹੋ ਜਿਹੀ ਹੈ, ਇਹ ਮਿਲਦੀ ਵੀ ਬਹੁਤ ਘੱਟ ਬੰਦਿਆਂ ਕੋਲਾਂ। ਸੋ ਬੈਟਰ ਇਹੀ ਹੈ ਵੀ ਬ੍ਰਾਂਡ 'ਚ ਯੂਜ਼ ਕਰਿਓ, ਕੋਈ ਇਹੋ ਜਿਹਾ ਬ੍ਰਾਂਡ ਨਾ ਲਿਓ। ਇਹ ਜਿੰਮਰ ਅਤੇ ਆਪਣਾ ਹਾਈਪਰਸੋਨਿਕ ਜਿੰਮਰ ਅਤੇ ਆਜ਼ੂਮ, ਇਹ ਐੱਲ ਈ ਡੀਆਂ ਥੋੜ੍ਹੀਆਂ ਕੋਸਟਲੀ ਜ਼ਰੂਰ ਪੈਂਦੀਆਂ ਨੇ, ਪਰ ਬਾਈ ਇਹਨਾਂ ਦਾ ਫੋਕਸ ਬਹੁਤ ਘੈਂਟ ਆ। ਚਲੋ ਮੈਂ ਕਰਾ ਲਾਂ ਜੀ ਸੈੱਟ, ਉਸ ਤੋਂ ਬਾਅਦ ਮਿਲਦਾ ਤੁਹਾਨੂੰ। ਮਿੱਤਰੋ ਕੀ ਹਾਲ ਚਾਲ ਹੈ ਜੀ, ਅੱਜ ਹੈ ਡੇ 2। ਸੋ ਆਪਾਂ ਲੈਣ ਆਏ ਹਾਂ ਜੀ ਬੱਲੀਆਂ ਤਾਰ ਵਾਸਤੇ। ਤੁਹਾਨੂੰ ਪਤਾ ਜਿਵੇਂ ਲਾਸਟ ਵਲੋਗ 'ਚ ਮੈਂ ਲਾਸਟ ਟੂ ਲਾਸਟ ਵਲੋਗ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਇੱਧਰ ਡੰਗਰਾਂ ਦਾ ਜਾੜਾ ਬਹੁਤ ਆ, ਗਊਸ਼ਾਲਾ ਔਰ ਆਪਣਾ ਡੈਰੀਆਂ ਦੇ ਕਰਕੇ, ਅਤੇ ਇਸ ਕਰਕੇ ਆਪਾਂ ਹੁਣ ਤਾਰ ਲਵਾਉਣ ਲੱਗੇ ਹਾਂ। ਸੋ ਠੀਕ ਹੈ ਜੀ, ਮੈਂ ਟਰਾਲੀ ਕਰਾ ਲਾ ਲੋਡ, ਅਤੇ ਫਿਰ ਮਿਲਦਾ ਤੁਹਾਨੂੰ। ਬਾਈ ਆਪਾਂ ਬੱਲੀਆਂ ਲੈ ਕੇ ਆ ਗਏ ਸੀਗੇ, ਫਿਰ ਜਲਦਬਾਜ਼ੀ 'ਚ ਮੈਂ ਆਇਆ ਵਿੱਕੀ ਕੋਲ, ਅਤੇ ਕਿਉਂਕਿ ਬੱਲੀਆਂ ਲਿਆਉਂਦੇ ਲਿਆਉਂਦੇ ਟਾਈਮ ਕਾਫੀ ਲੱਗ ਗਿਆ ਸੀ, ਫਿਰ ਖੇਤ 'ਚ ਤਾਰ ਕੇ ਆਏ। ਉਸ ਤੋਂ ਬਾਅਦ ਆਪਾਂ ਕਿਆ ਕੀਤਾ ਵੀ ਦੇਖੋ, ਇਹ 'ਚ ਰਿਫਲੈਕਟਰ ਔਰ ਇੰਡੀਕੇਟਰ ਲਵਾਤੇ ਛਤਰੀ ਦੇ, ਕਿਉਂਕਿ ਜਦੋਂ ਆਪਾਂ ਬੱਲੀਆਂ ਲੈ ਕੇ ਆ ਰਹੇ ਸੀ ਨਾ, ਉਸ ਟਾਈਮ ਅਸੀਂ ਮਹਿਸੂਸ ਕੀਤਾ ਕਿ ਟਰਾਲੀ ਤੋਂ ਬਾਅਦ ਬੰਦੇ ਨੂੰ ਥੱਲੇ ਵਾਲੇ ਇੰਡੀਕੇਟਰ ਨਹੀਂ ਦਿਖਦੇ। ਸੋ ਆਪਾਂ ਕੀ ਕੀਤਾ, ਆਪਾਂ DRL ਵਾਲੇ ਇੰਡੀਕੇਟਰ ਔਰ ਆਪਣਾ ਕੀ ਇਹਨੂੰ ਕਹਿੰਦੇ ਆ ਉੱਪਰ ਉਹਦੀ ਪਾਰਕਿੰਗ ਵਾਲੀ ਲਾਈਟਾਂ ਗ੍ਰੀਨ ਕਰਾਤੀਆਂ, ਠੀਕ ਹੈ ਜੀ। ਇਹ ਲਾਈਟਾਂ ਸੋਹਣੀਆਂ ਲੱਗ ਰਹੀਆਂ ਸੀ, ਮੈਂ ਲੈ ਆ, ਅਤੇ ਹੁਣੇ ਵਿੱਕੀ ਕੋਲ ਆਇਆ ਸੀਗਾ, ਲਵਾਤੀਆਂ, ਫਿਟਿੰਗ ਹੋ ਗਈ ਆ ਪੂਰੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਉਹੀ ਵਾਇਰਿੰਗ ਵਾਲਾ ਬਿਲਕੁਲ ਹਾਈਡ ਕੀਤਾ ਹੋਇਆ ਕੰਮ, ਵਾਇਰਿੰਗ ਹੈ ਨਹੀਂ, ਸਿਰਫ ਉੱਪਰ ਹੈ ਬਾਈ, ਉੱਪਰ ਇੰਨੀ ਕੁ ਰਹੂਗੀ, ਉਹਦੇ 'ਚ ਸਪਰਿੰਗਲ ਪਾ ਦਾਂਗੇ, ਠੀਕ ਹੈ ਜੀ। ਇਹ ਹੋ ਗਈ ਕਲੀਅਰ ਆਪਣਾ ਸਾਰਾ ਕੰਮ, ਬਾਕੀ ਦਾ ਕੰਮ ਤਾਂ ਤੁਸੀਂ ਦੇਖਿਆ ਹੋਇਆ ਸਾਰਿਆਂ ਨੇ, ਠੀਕ ਹੈ। ਅਤੇ ਇੱਕ ਵਾਰੀ ਫਿਰ ਦੇਖ ਲਓ ਬਾਈ, ਇਹ ਛੋਟੀ ਜਿਹੀ ਆਈਟਮ ਹੈ, ਲਵਾ ਲਿਆ ਕਰੋ ਬਾਈ, ਕੋਈ ਬੜੀ ਮਹਿੰਗੀ ਹੈ ਨਹੀਂ ਹੈ, 140 ਰੁਪਈਆਂ ਦੇ 2 ਆ, ਕਲਰ ਜਿਹੜਾ ਮਰਜ਼ੀ ਲੈ ਲਓ, ਠੀਕ ਹੈ। 300 ਰੁਪਏ 'ਚ, 350 ਰੁਪਏ 'ਚ ਸਾਰਾ ਕੰਮ ਹੋ ਗਿਆ ਜੀ, ਠੀਕ ਹੈ, ਵਿਦ ਵਾਇਰਿੰਗ ਵੂਇਰਿੰਗ। ਇਹ ਅਪਡੇਟ ਸੀ ਇਸ ਤੋਂ ਬਾਅਦ ਦਾ, ਫਿਰ ਅੱਗੇ ਮਿਲਦੇ ਜਦੋਂ ਘਰ ਜਾਵਾਂਗੇ ਜੀ। ਹਾਂਜੀ ਬਾਬੇ, ਅੱਜ ਡੇ 3, ਆਪਾਂ ਫਿਰ ਆਏ ਬੱਲੀਆਂ ਲੈਣ। ਸੋ ਅੱਜ ਦਾ ਵੈਦਰ ਦੇਖੋ, ਪੂਰਾ ਇਹਦਾ ਪੂਰਾ ਬੱਦਲ ਹੋਇਆ ਪਿਆ,
ਤੇ ਕੱਲ ਵੀ ਬੱਦਲੀ ਸੀ ਅੱਜ ਵੀ ਬੱਦਲ ਹੋਇਆ ਪਿਆ ਅੱਜ ਆਪਾਂ ਲੈਣ ਆਏ ਜੀ ਬੱਲੀਆਂ ਬੱਲੀਆਂ ਗਈਆਂ ਸੀ ਘੱਟ ਪਹਿਲਾਂ ਆਪਾਂ ਲੈ ਗਏ ਸੀ 36-37 ਬੱਲੀਆਂ ਲੈ ਗਏ ਸੀ ਹੁਣ 40 ਬੱਲੀਆਂ ਫੇਰ ਜਾਣੀਆਂ ਤੇ ਪਹਿਲਾਂ ਇਰਾਦਾ ਨਹੀਂ ਸੀ ਪਿਛਲੇ ਵਾਲੀ ਸਾਈਡ ਵੀ ਬੰਦ ਕਰਨ ਦਾ ਬਟ ਹੁਣ ਇਰਾਦਾ ਬਣ ਗਿਆ ਵੀ ਉਹ ਵੀ ਬੰਦ ਕਰ ਦਈਏ ਕਿਉਂਕਿ ਡੰਗਰ ਹੈ ਹੀ ਬਹੁਤ ਆ ਤੇ ਇੱਕ ਸਰਪ੍ਰਾਈਜ਼ ਆ ਬਾਈ ਬੜੀ ਜਲਦੀ ਲੈ ਕੇ ਆ ਰਿਹਾ ਇਸੇ ਵਲੌਗ 'ਚ ਹੀ ਮਤਲਬ ਮੈਂ ਉਹਦਾ ਤੁਹਾਨੂੰ ਹਿੰਟ ਮਿਲ ਜਾਏਗਾ ਠੀਕ ਹੈ ਜੀ ਅਤੇ ਦੇਖਦਾ ਵੀ ਸ਼ਾਇਦ ਮੈਂ ਉਹਦਾ ਸੈਪਰੇਟ ਵਲੌਗ ਬਣਾਵਾਂ ਸਾਰਾ ਹੀ ਠੀਕ ਹੈ ਅਤੇ ਬਾਈ ਮਤਲਬ ਨਾ ਜਿਹੜੇ ਟਰੈਕਟਰ ਮੋਡੀਫਾਈ ਕਰਦੇ ਆ ਜਾਂ ਉਸ ਚੀਜ਼ ਦੀ ਟਰੱਕਾਂ ਬੱਸਾਂ 'ਚ ਵੀ ਲੋਡ ਪੈਂਦੀ ਹੈ ਹੈ ਨਾ ਬਾਈ ਉਹ ਬੜੀ ਤਗੜੀ ਠੱਗੀ ਹੈ ਪੰਜਾਬ 'ਚ ਵੱਜ ਰਹੀ ਹੈ ਹਰਿਆਣੇ 'ਚ ਵੱਜ ਰਹੀ ਹੈ ਠੀਕ ਹੈ ਮੇਰੇ ਇੱਥੇ ਵੀ 6000 ਦੀ ਪਤਾ ਕੀਤੀ ਹੈ ਮੈਂ ਚਲੋ ਪੰਜਾਬ 'ਚ 5500 5000 ਦੀ ਮਿਲਦੀ ਹੋਏਗੀ ਠੀਕ ਹੈ ਪਰ ਉਹੀ ਚੀਜ਼ ਜਿਹੜੀ ਹੈ ਨਾ ਉਹ ਮੈਨੂੰ ਅੱਧੋ ਅੱਧ ਰੇਟ 'ਚ ਮਿਲ ਰਹੀ ਹੈ ਜੀ ਔਰ ਜਿਹੜਾ ਬੰਦਾ ਬਣਾ ਰਿਹਾ ਉਹ ਵੀ ਇਹੀ ਗੱਲ ਮੈਨੂੰ ਦੱਸ ਰਿਹਾ ਸੀਗਾ ਵੀ ਲੋਕ ਕਮਿਸ਼ਨਾਂ ਬਹੁਤ ਰੱਖਦੇ ਆ ਵਿੱਚੋਂ ਅਤੇ ਮੇਰਾ ਪਹਿਲਾਂ ਵੀ ਚੈਨਲ ਸੀ ਮੈਂ ਸਾਰਿਆਂ ਨੂੰ ਜਦੋਂ ਬਾਈਕ ਦੀ ਮੋਡੀਫਿਕੇਸ਼ਨ ਰਿਗਾਰਡਿੰਗ ਵੀਡੀਓਜ਼ ਪਾਉਂਦਾ ਹੁੰਦਾ ਸੀ ਮੈਂ ਦੱਸਦਾ ਹੁੰਦਾ ਸੀਗਾ ਵੀ ਹਾਂ ਇੱਥੇ ਠੱਗੀ ਵੱਜਦੀ ਹੈ ਔਰ ਉਹ ਵੱਜਦੀ ਵੀ ਸੀ ਲੋਕਾਂ ਨਾਲ ਅਤੇ ਇਹੀ ਚੀਜ਼ ਹੁਣ ਮੈਂ ਨਾ ਦੇਖ ਰਿਹਾ ਫੇਸ ਕਰ ਰਿਹਾ ਵੀ ਟਰੈਕਟਰ ਮੋਡੀਫਿਕੇਸ਼ਨ ਜਾਂ ਕਾਰ ਕਿਸੇ ਵੀ ਚੀਜ਼ 'ਚ ਲਾ ਲਓ ਜੀ ਠੱਗੀ ਵੱਜ ਹੀ ਰਹੀ ਹੈ ਆਪਾਂ ਨੂੰ ਔਰ ਚਲੋ ਠੀਕ ਹੈ ਜੀ ਠੱਗੀ ਹਜ਼ਾਰ ਅਗਰ ਕਿਸੇ ਨੇ ਮਾਰਜਨ ਦੀ ਗੱਲ ਆਉਂਦੀ ਹੈ ਜਾਂ ਕੁਛ ਟਰਾਂਸਪੋਰਟੇਸ਼ਨ ਲਾ ਲਓ ਠੀਕ ਹੈ ਅਤੇ 1000-1500-2000 ਤੱਕ ਵੀ ਵਾਜਬ ਹੈ ਠੀਕ ਹੈ 3500-4000 ਦੀ ਠੱਗੀ ਸਿੱਧੀ ਸਿੱਧੀ ਯਾਰ ਬੜੀ ਜ਼ਿਆਦਾ ਹੀ ਹੋ ਜਾਂਦੀ ਹੈ ਕੰਮ ਸੋ ਇਹ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਮੈਂ ਤੁਹਾਨੂੰ ਅੱਗੇ ਅੱਜ ਦਾ ਮੇਰਾ ਦਿਨ ਹੈ ਬਸ ਮੈਂ ਤਾਰ ਵਾਸਤੇ ਬੱਲੀਆਂ ਲੈ ਕੇ ਜਾ ਰਿਹਾ ਪਰ ਅੱਗੇ ਮੈਂ ਕੱਲ੍ਹ ਜਾਵਾਂਗਾ ਬਾਈ ਕੋਲ ਕੱਲ੍ਹ ਜਾਂ ਪਰਸੋਂ ਵੈਸੇ ਮੈਂ ਰਾਤ ਜਾ ਆਇਆ ਵਾਂ ਪਰ ਮੈਂ ਆਪਣੀ ਚੀਜ਼ ਵਾਸਤੇ ਔਡਰ ਦੇ ਦਿੱਤਾ ਹੋਇਆ ਵਾ ਜਦੋਂ ਰੈਡੀ ਹੋ ਜੂਗੀ ਉਹਦੇ ਉਹਨਾਂ ਕੋਲ ਜਾਵਾਂਗੇ ਤੁਹਾਨੂੰ A to Z ਸਾਰੀ ਇਨਫੋਰਮੇਸ਼ਨ ਮਿਲ ਜੂਗੀ ਹਾਂ ਬਈ ਕਿੰਨੇ ਦੀ ਬਣਦੀ ਹੈ ਕੀ ਹਿਸਾਬ ਕਿਤਾਬ ਹੁੰਦਾ ਠੀਕ ਹੈ ਬਾਈ ਹਾਂਜੀ ਬਾਬਿਓ ਕੀ ਹਾਲ ਹੈ ਜੀ ਆਹ ਦੇਖੋ ਜੀ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਸ਼ਾਇਦ ਹੀ ਕੈਮਰਾ ਉਹਨੂੰ ਫੜ ਪਵੇ ਹਾਂਜੀ ਇਹ ਉਹ ਦੇਖੋ ਜੀ ਅੱਖਾਂ ਚਮਕ ਰਹੀਆਂ ਇੱਥੇ ਉਹ ਦੇਖੋ ਬਿੱਲਾ ਹੈ ਜੀ ਬੜਾ ਤਗੜਾ ਲਾ ਲਓ ਕਿ ਮੈਂ 2 ਕਿੱਲਿਆਂ ਤੋਂ ਚੱਲ ਕੇ ਆਇਆ ਇਹਦੇ ਵਾਸਤੇ ਅੱਖਾਂ ਚਮਕ ਰਹੀਆਂ ਸੀ ਇਹਦੀਆਂ ਅਤੇ ਕਿਸੇ ਦੇ ਖੇਤ 'ਚ ਜੀ ਆਪਣੇ ਖੇਤ 'ਚ ਨਹੀਂ ਹੈਗਾ ਅਤੇ ਆਪਣੀ ਤਾਰ ਦੂਰ ਹੀ ਘੁੰਮ ਗਈ ਆ ਇੰਨੀ ਕੁ ਜਗ੍ਹਾ ਜਾਣ ਵਾਸਤੇ ਛੱਡੀ ਆਪਾਂ ਅਤੇ ਰਾਤ ਦਾ ਥੋੜ੍ਹਾ ਜਿਹਾ ਇਹ ਹੋ ਗਿਆ ਕਿ ਆਪਣੀ 3 ਕਿੱਲਿਆਂ 'ਚ ਤਾਰ ਲੱਗ ਗਈ ਹੋਈ ਆ ਪਿਛਲੇ 3 ਕਿੱਲਿਆਂ 'ਚ ਰਹਿ ਰਹੀ ਆ ਅੱਜ ਜੀ ਅਗਲਾ ਦਿਨ ਪਲੱਸ ਮੋਰਨਿੰਗ ਹੋ ਹੀ ਗਈ ਲਗਭਗ 4 ਵੱਜ ਚੱਲੇ ਆ ਮੈਂ ਮੰਡੀ 'ਚ ਹੀ ਹਾਂ ਅੱਜ ਕੰਮ ਕਾਫੀ ਲੇਟ ਹੋ ਗਿਆ ਕਾਫੀ ਮਤਲਬ ਭੀੜ ਆ ਮੰਡੀ ਦੇ ਅੰਦਰ ਸੋ ਆਪਣੀ ਟਰਾਲੀ ਖੜ੍ਹੀ ਆ ਉਹ ਹਾਲੇ ਮਾਲ ਉਤਰਿਆ ਨਹੀਂ ਆ ਵਿੱਚ ਹੀ ਆ ਉਹਦੇ ਮੈਂ ਦੇਖ ਰਿਹਾ ਸੀ ਉਹ ਛੋਟੀ ਜਿਹੀ ਛੋਟਾ ਜਿਹਾ ਟਰੈਕਟਰ ਆਇਆ ਅਤੇ ਮਿੰਨੀ ਟਰੈਕਟਰ ਆ ਜਿਹੜਾ ਇਹ ਹੈ ਜੀ ਛੋਟਾ ਜਿਹਾ ਟਰੈਕਟਰ ਛੋਟੇ ਕੰਮਾਂ ਨੂੰ ਕੋਈ ਮਾੜਾ ਨਹੀਂ ਹੈ ਔਰ ਇਹ ਸੋਨਾਲੀਕਾ ਦੀ ਹੈ ਠੀਕ ਹੈ ਗਾਰਡਨ ਟਰੈਕ DIV ਆਈ ਥਿੰਕ 20 horsepower ਦਾ ਟਰੈਕਟਰ ਹੈ ਇਹ ਅਤੇ ਛੋਟਾ ਜਿਹਾ ਸੋਹਣਾ ਮੈਂ ਵਾਈਡ ਐਂਗਲ ਕਰਕੇ ਦਿਖਾਉਣਾ ਕਰੋ ਜੀ ਚੈੱਕ ਡੀਜ਼ਲ ਟੈਂਕ ਹੈ PTO ਸ਼ਾਫਰਟ ਦਾ ਵੀ ਹੈਗਾ ਕਾਫੀ ਅੱਛਾ ਹੈ ਯਾਰ ਮਤਲਬ ਸਾਰਾ ਹਿਸਾਬ ਕਿਤਾਬ ਸਹੀ ਹੈ ਛੋਟੀ ਟਰੈਲੀ ਪੈਂਦੀ ਹੈ ਇਹਨੂੰ ਔਰ ਮੇ ਬੀ ਇਹਦਾ ਇੰਜਣ ਵੀ 3 ਸਿਲੰਡਰ ਹੋਵੇ 4x4 ਹੈ ਓਨਰ ਹੈ ਨਹੀਂ ਬਾਈ ਲੱਗਦਾ ਇੱਧਰ ਉੱਧਰ ਲੰਘ ਗਿਆ ਕਿਉਂਕਿ ਮੰਡੀ 'ਚ ਟਰੈਕਟਰ ਖੜਾ ਕੇ ਲੋਕ ਫੜਾ ਦੇ ਖੜ ਜਾਂਦੇ ਆ ਫਿਰ ਟਾਈਮ ਸੋਹਣਾ ਬਣਿਆ ਹੋਇਆ ਦੇਖੋ ਬਾਕੀ ਆਲਮੋਸਟ ਯਾਰ ਕਾਫੀ ਬੰਦੇ ਨੇ ਦੇਖੇ ਹੋਏ ਆ ਪਰ ਚੀਜ਼ ਸੋਹਣੀ ਹੈ ਛੋਟਾ ਜਿਹਾ ਟਰੈਕਟਰ ਹੈ ਇਹ ਜੀ ਮੈਂ ਅੱਜ ਤੋਂ 1.5 ਸਾਲ ਪਹਿਲਾਂ 2 ਸਾਲ ਪਹਿਲਾਂ ਰੂਟਾਵੇਟਰ 'ਤੇ ਚੱਲਦਾ ਦੇਖਿਆ ਜੀ ਛੋਟੇ ਰੂਟਾਵੇਟਰ 'ਤੇ ਅਤੇ ਕਾਫੀ ਵਧੀਆ ਤੋਰਾ ਇਹਦਾ ਬਾਈ ਕਹਿੰਦੇ ਸੀਗੇ ਵੀ ਵੱਡੇ ਟਰੈਕਟਰ ਨਾਲੋਂ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੈਂਦਾ 10 ਕੁ ਮਿੰਟ ਕਿੱਲੇ ਪਿੱਛੇ ਪਰ ਇਹ ਕੱਢ ਦਿੰਦਾ ਸੋਹਣਾ ਮਤਲਬ ਤੋਰਾ ਇਹਦਾ ਐਨੀਵੇਜ਼ ਮੈਂ ਇੱਥੋਂ ਕਰਦਾ ਵੀਡੀਓ ਬੰਦ ਫਿਲਹਾਲ ਲਈ ਮੈਂ ਕਰਾ ਲਾਂ ਟਰਾਲੀ ਖਾਲੀ ਫਿਰ ਨਿਕਲਦੇ ਹੋਏ ਮਿਲਦਾ ਜੀ ਤੁਹਾਨੂੰ ਲਓ ਅੱਗੇ ਚੱਲਦਾ ਦੇਖ ਲਓ ਆਵਾਜ਼ ਹੀ ਨਹੀਂ ਹੈਗੀ ਪਤੰਦਰ ਦੀ ਘੈਂਟ ਚੀਜ਼ ਹੈ ਛੋਟੀ ਜੀ ਟਾਈਮ ਵੱਜ ਗਿਆ ਜੀ 6:30 ਹੀ ਹੋ ਗਏ ਲਗਭਗ ਸੋ ਟਰਾਲੀ ਤਾਂ ਹੋ ਗਈ ਖਾਲੀ ਪਰ ਆਪਾਂ ਹੋ ਗਏ ਜੀ ਸਟੱਕ ਜੀ ਤੁਸੀਂ ਦੇ ਸਕਦੇ ਹੋ ਹੁਣ ਪੂਰਾ ਗੱਡੀਆਂ ਮੋਟਰਸਾਈਕਲ ਸਕੂਟਰ ਹਰ ਇੱਕ ਚੀਜ਼ ਖੜ੍ਹੀ ਹੈ ਇੱਥੋਂ ਟਰਾਲੀ ਕੱਢਣੀ ਬੜੀ ਔਖੀ ਹੈ ਲਗਭਗ ਹੁਣ ਮੈਨੂੰ 8:30 ਵਜੇ ਤੱਕ ਵੇਟ ਕਰਨੀ ਪਏਗੀ ਉਸ ਤੋਂ ਬਾਅਦ ਗੱਡੀਆਂ ਹਟਣੀਆਂ ਫਿਰ ਮੈਂ ਨਿਕਲਣਾ ਘਰ ਲਈ ਸੋ ਅੱਜ ਦੇ ਵਲੌਗ ਦਾ ਐਂਡ ਕਰਦੇ ਹਾਂ ਜੀ ਆਪਾਂ ਇੱਥੇ ਹੀ ਠੀਕ ਹੈ ਅਤੇ ਜਿਵੇਂ ਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਮਿਡ 'ਚ ਦੱਸਿਆ ਸੀਗਾ ਕਿ ਮੈਂ ਕੁਛ ਸਰਪ੍ਰਾਈਜ਼ ਲੈ ਕੇ ਆ ਰਿਹਾ ਵਾਂ ਅਤੇ ਇੱਕ ਜਿਹੜੀ ਠੱਗੀ ਹੋ ਰਹੀ ਸੀ ਉਹ ਠੱਗੀ ਤੋਂ ਮੈਂ ਬਚਿਆ ਵਾਂ ਅਤੇ ਹੋਪ ਕਰਦਾ ਵੀ ਤੁਸੀਂ
जो भी या थोड़े फ्रेंड्स कोई भी उस चीज़ को परचेज करना चाहता वो भी इस ठगी तो बचूगा। सो वो मैं सारे का सारा ब्लॉग सैपरेट ही बनाऊँगा, ठीक है। हूँ डिपेंड करता है जी वो मैं अज मिलेगी या कल मिलेगी बन के, ठीक है। तो जिमें भी मतलब बनेगी फिर उवें ही मैं अगे वीडियो कंटिन्यू करके तो थोड़ा जल्दी से जल्दी अपडेट देवगा। सो मिलेंगे जी किसी अगली वीडियो, रब रखा जी। एक बार फिर मेरे वालों सारे सत श्रीकाल।